Welcome, ma'am, to the MSc Public Schools. Thank you so much. Yes, ma'am, all students are here, so please take over. Okay. A very good morning to all of you. Good morning. Good morning. Let's start with today's session. First of all, I would like to tell all of you that my name is Sucheta Ashishdev. I am a Chief Judicial Magistrate. Presently, I am working as the Secretary of District Legal Services Authority, Hoshiarpur. ਪੰਜਾਬੀ ਦੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਇਹ ਨਾਮ ਹੈ ਸਾਡੇ ਦਫ਼ਤਰ ਦਾ ਅੱਜ ਬੱਚੇ ਤੁਹਾਡੇ ਨਾਲ ਇੰਟਰੈਕਟ ਕਰਨ ਦਾ ਸਾਡਾ ਮੇਨ ਪਰਪਜ਼ ਇਹ ਹੈ ਕਿ ਸਾਡੇ ਦਫ਼ਤਰ ਦੇ ਦੁਆਰਾ ਜਿੰਨੇ ਕੰਮ ਕੀਤੇ ਜਾਂਦੇ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਤਾਂ ਕਿ ਤੁਸੀਂ ਆਪਣੇ ਫੈਮਿਲੀ ਆਪਣੇ ਰਿਲੇਟਿਵਸ ਆਪਣੇ ਹਾਊਸਹੋਲਡ 'ਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਾ ਸਕੋ ਉਹਨਾਂ ਨੂੰ ਦੱਸ ਸਕੋ ਕਿ ਤੁਹਾਡੇ ਲਈ ਇਹ ਚੀਜ਼ਾਂ ਅਵੇਲੇਬਲ ਨੇ ਇਹ ਸਕੀਮਸ ਅਵੇਲੇਬਲ ਨੇ ਤੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਚੱਕੋ ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਸਾਡਾ ਦਫ਼ਤਰ ਹੈ ਇਹ ਕੰਮ ਕੀ ਕਰਦਾ ਹੈ ਅਸੀਂ ਜਿਹੜੇ ਨੀਡੀ ਲੋਕ ਹੁੰਦੇ ਨੇ ਜਿਹੜੇ ਜ਼ਰੂਰਤਮੰਦ ਲੋਕ ਹੈ ਜਿਹਨਾਂ ਨੂੰ ਜ਼ਰੂਰਤ ਹੈ ਕਚਹਿਰੀ ਦੇ ਵਿੱਚ ਕੇਸ ਕਰਨ ਦੀ ਤੇ ਉਹਦੇ ਲਈ ਵਕੀਲ ਕਰਨ ਦੀ ਜਾਂ ਕਿਸੇ ਵਕੀਲ ਸਾਹਿਬ ਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਜ਼ਰੂਰਤ ਹੈ ਉਸ ਸੂਰਤ ਦੇ ਵਿੱਚ ਅਸੀਂ ਅਜਿਹੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾ ਦਿੰਦੇ ਹਾਂ ਮੁਫ਼ਤ ਕਾਨੂੰਨੀ ਸੇਵਾ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਮੁਫ਼ਤ ਕਾਨੂੰਨੀ ਸਲਾਹ ਮਸ਼ਵਰਾ ਜਿਹੜੇ ਕਿ ਸਾਡੇ ਵਕੀਲ ਸਾਹਿਬ ਹੁੰਦੇ ਨੇ ਉਹਨਾਂ ਦੇ ਨਾਲ ਕੀਤਾ ਜਾ ਸਕਦਾ ਦੂਸਰਾ ਮੁਫ਼ਤ ਕਾਨੂੰਨੀ ਵਕੀਲ ਸਾਡੇ ਦਫ਼ਤਰ ਦੇ ਵੱਲੋਂ ਵਕੀਲ ਪ੍ਰੋਵਾਈਡ ਕੀਤਾ ਜਾਂਦਾ ਹੈ ਜਿਹੜਾ ਕਿ ਫ੍ਰੀ ਆਫ ਕੋਸਟ ਹੁੰਦਾ ਕਹਿਣ ਦਾ ਮਤਲਬ ਕਿ ਜਿਹਨੇ ਸਾਡੇ ਤੋਂ ਮੁਫ਼ਤ ਕਾਨੂੰਨੀ ਸੇਵਾ ਲੈਣੀ ਹੈ ਉਹਨੂੰ ਅਸੀਂ ਐਪਲੀਕੈਂਟ ਕਹਿੰਦੇ ਹਾਂ ਉਸ ਐਪਲੀਕੈਂਟ ਨੂੰ ਆਪਣੀ ਜੇਬ ਚੋਂ ਇੱਕ ਵੀ ਪੈਸਾ ਖਰਚ ਕਰਨ ਦੀ ਲੋੜ ਨਹੀਂ ਪੈਂਦੀ ਵਕੀਲ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਪੈਂਦੀ ਹੈਗੀ ਹੈ ਵਕੀਲ ਨੂੰ ਜਿੰਨੇ ਪੈਸੇ ਦੇਣੇ ਹੈ ਉਹ ਸਰਕਾਰ ਨੇ ਦੇਣੇ ਹੈਗੇ ਹੈ ਪਾਰਟੀ ਨੇ ਉਹਨੂੰ ਪੈਸੇ ਨਹੀਂ ਦੇਣੇ ਹੈਗੇ ਤੋ ਇਸ ਲਈ ਇਹ ਇੱਕ ਤਰ੍ਹਾਂ ਨਾਲ ਐਪਲੀਕੈਂਟ ਜਿਹੜਾ ਹੈ ਉਹਨੂੰ ਇਹ ਵਕੀਲ ਮੁਫ਼ਤ ਮਿਲਦਾ ਹੈਗਾ ਹੁਣ ਆਪਾਂ ਗੱਲ ਕਰਾਂਗੇ ਕਿ ਕੌਣ ਲੋਕ ਨੇ ਜਿਹੜੇ ਇਹ ਮੁਫ਼ਤ ਕਾਨੂੰਨੀ ਸੇਵਾ ਲੈ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਉਹ ਲੋਕ ਜਿਹਨਾਂ ਦੀ ਸਾਲਾਨਾ ਇਨਕਮ 3 ਲੱਖ ਰੁਪਏ ਤੋਂ ਘੱਟ ਹੋਵੇ ਉਸ ਤੋਂ ਬਾਅਦ ਬੱਚੇ ਲੇਡੀਜ਼ ਕੋਈ ਵੀ ਐਸਸੀ ਐਸਟੀ ਕਾਸਟ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਕੋਈ ਵੀ ਕੁਦਰਤੀ ਆਫਤਾ ਕੋਈ ਆਈ ਹੋਵੇ ਕੋਈ ਫਲੱਡਸ ਆਏ ਹੋਣ ਭੂਕੰਪ ਆਏ ਹੋਣ ਉਹਨਾਂ ਦਾ ਮਾਰਿਆ ਹੋਇਆ ਵਿਅਕਤੀ ਕਸਟਡੀ ਦੇ ਵਿੱਚ ਕੋਈ ਵੀ ਵਿਅਕਤੀ ਕਸਟਡੀ ਤੋਂ ਇੱਥੇ ਭਾਵ ਹੈ ਜਾਂ ਤਾਂ ਜੁਡੀਸ਼ੀਅਲ ਕਸਟਡੀ ਜਾਂ ਪੁਲਿਸ ਕਸਟਡੀ ਪੁਲਿਸ ਕਸਟਡੀ ਉਹ ਵਾਲੀ ਕਸਟਡੀ ਹੁੰਦੀ ਹੈ ਜਦੋਂ ਘਰ ਤੋਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਤੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਇਹ ਅਸੀਂ ਮੁਫ਼ਤ ਕਾਨੂੰਨੀ ਵਕੀਲ ਦਿੰਦੇ ਹਾਂ ਮਤਲਬ ਜਦੋਂ ਉਹਨੂੰ ਬੰਦੇ ਨੂੰ ਜੇਲ੍ਹ 'ਚ ਬੰਦ ਕੀਤਾ ਹੈ ਉਹ ਸਾਡੇ ਵਕੀਲ ਦੇ ਨਾਲ ਮੁਫ਼ਤ ਦੇ ਵਿੱਚ ਸਲਾਹ ਮਸ਼ਵਰਾ ਕਰ ਸਕਦਾ ਹੈ ਉਹਨੂੰ ਪੁੱਛ ਸਕਦਾ ਹੈ ਕਿ ਹੁਣ ਅੱਗੇ ਕਿਵੇਂ ਕੰਮ ਹੋਏਗਾ ਕੀ ਕਰਾਂ ਮੈਂ ਇਹਦੇ ਵਿੱਚ ਜਾਂ ਮੇਰੀ ਜ਼ਮਾਨਤ ਲਗਾਓ ਮੇਰੀ ਜ਼ਮਾਨਤ ਲਗਾਉਣ ਦਾ ਕੰਮ ਕਰੋ ਉਹ ਸਾਰਾ ਕੰਮ ਜਿਹੜਾ ਉਹ ਸਾਡੇ ਵਕੀਲ ਦੁਆਰਾ ਕੀਤਾ ਜਾਂਦਾ ਹੈ ਦੂਸਰੀ ਗੱਲ ਜਿਹੜੀ ਜੁਡੀਸ਼ੀਅਲ ਕਸਟਡੀ ਮਤਲਬ ਇੱਕ ਬੰਦੇ ਨੂੰ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਬੰਦੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜੱਜ ਸਾਹਿਬ ਉੱਥੇ ਆਰਡਰ ਕਰਦੇ ਨੇ ਕਿ ਇਸ ਬੰਦੇ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜਿੰਨੀ ਦੇਰ ਤੱਕ ਇਹ ਕੇਸ ਚੱਲੇਗਾ ਉਹ ਜਿਹੜਾ ਬੰਦਾ ਹੈ ਉਹਨੂੰ ਜਦੋਂ ਜੇਲ੍ਹ ਦੇ ਵਿੱਚ ਲੈ ਕੇ ਜਾਂਦੇ ਹਾਂ ਤੇ ਉਹਨੂੰ ਅਸੀਂ ਜੁਡੀਸ਼ੀਅਲ ਕਸਟਡੀ ਕਹਿੰਦੇ ਹਾਂ ਦੋਨੇ ਹੀ ਸੂਰਤਾਂ ਦੇ ਵਿੱਚ ਪੁਲਿਸ ਕਸਟਡੀ ਵਿੱਚ ਵੀ ਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਵੀ ਅਜਿਹਾ ਵਿਅਕਤੀ ਸਾਡੇ ਕੋਲੋਂ ਮੁਫ਼ਤ ਕਾਨੂੰਨੀ ਸੇਵਾ ਲੈ ਸਕਦਾ ਹੈ ਵਕੀਲ ਉਹਨੂੰ ਮੁਫ਼ਤ ਦੇ ਵਿੱਚ ਮਿਲੇਗਾ ਉਹਦੇ ਘਰ ਵਾਲਿਆਂ ਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਵਕੀਲ ਕਰਨਾ ਪੈਣਾ ਵਕੀਲ ਨੂੰ ਪੈਸੇ ਦੇਣੇ ਪੈਣੇ ਹੈਗੇ ਨੇ ਉਹਨੂੰ ਸਾਡੇ ਵੱਲੋਂ ਮੁਫ਼ਤ ਵਕੀਲ ਦਿੱਤਾ ਜਾਂਦਾ ਹੈਗਾ ਇਹ ਤਾਂ ਆਪਾਂ ਗੱਲ ਕੀਤੀ ਕਿ ਕੌਣ ਲੋਕ ਸਾਡੇ ਤੋਂ ਇਹ ਮੁਫ਼ਤ ਕਾਨੂੰਨੀ ਸੇਵਾ ਲੈ ਸਕਦੇ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀ ਮੁਫ਼ਤ ਕਾਨੂੰਨੀ ਸੇਵਾ ਇਹ ਅਸੀਂ ਲੈਣੀ ਕਿਵੇਂ ਹੈ ਸਭ ਤੋਂ ਪਹਿਲਾਂ ਤਾਂ ਜਿੱਥੇ ਵੀ ਕਚਹਿਰੀਆਂ ਹੁੰਦੀਆਂ ਨੇ ਉੱਥੇ ਸਾਡਾ ਇਹ ਦਫ਼ਤਰ ਮੌਜੂਦ ਹੁੰਦਾ ਹੈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਦਫ਼ਤਰ ਹੁੰਦਾ ਹੈ ਸਾਡਾ ਇੱਕ ਛੋਟਾ ਦਫ਼ਤਰ ਹੁੰਦਾ ਹੈ ਰਿਪ੍ਰੈਜੈਂਟੇਟਿਵ ਆਫਿਸ ਜਿਹਨੂੰ ਅਸੀਂ ਫਰੰਟ ਆਫਿਸ ਕਹਿੰਦੇ ਹਾਂ ਜਿੱਥੇ ਵੀ ਕਚਹਿਰੀਆਂ ਹੋਣਗੀਆਂ ਚਾਹੇ ਉਹ ਹੈੱਡਕੁਆਰਟਰ ਹੋਵੇ ਜਿਵੇਂ ਆਪਣਾ ਹੁਸ਼ਿਆਰਪੁਰ ਹੈ ਚਾਹੇ ਉਹ ਸਬ ਡਿਵੀਜ਼ਨ ਹੋਵੇ ਜਿਵੇਂ ਦਸੂਆ ਮੁਕੇਰੀਆਂ ਗੜਸ਼ੰਕਰ ਹੈ ਜਿੱਥੇ ਵੀ ਕਚਹਿਰੀਆਂ ਹੋਣਗੀਆਂ ਉੱਥੇ ਸਾਡਾ ਫਰੰਟ ਆਫਿਸ ਹੁੰਦਾ ਹੀ ਹੁੰਦਾ ਹੈ ਤੇ ਸਾਡੇ ਕੋਲ ਉੱਥੇ ਵਕੀਲ ਸਾਹਿਬ ਵੀ ਮੌਜੂਦ ਹੁੰਦੇ ਹੀ ਹੁੰਦੇ ਨੇ ਜਿਹੜੇ ਕਿ ਅਜਿਹੇ ਲੋਕਾਂ ਦੇ ਜਿਹੜੇ ਨੀਡੀ ਲੋਕ ਨੇ ਉਹਨਾਂ ਦੇ ਕੇਸ ਮੁਫ਼ਤ ਦੇ ਵਿੱਚ ਲੜਦੇ ਨੇ
ਹੁਣ ਜਿਹੜਾ ਸਾਡਾ ਫਰੰਟ ਆਫਿਸ ਹੈ ਜਦੋਂ ਸਾਡੇ ਕੋਲ ਫਰੰਟ ਆਫਿਸ ਦੇ ਵਿੱਚ ਕੋਈ ਬੰਦਾ ਆਉਂਦਾ ਹੈ ਉਹ ਦੱਸਦਾ ਹੈ ਕਿ ਮੇਰੀ ਸਾਲਾਨਾ ਇਨਕਮ 3 ਲੱਖ ਰੁਪਏ ਤੋਂ ਘੱਟ ਹੈ ਤੇ ਮੈਂ ਕਾਨੂੰਨੀ ਵਕੀਲ ਆਪਣਾ ਇੱਕ ਕਰਨਾ ਚਾਹੁੰਦਾ ਮੇਰੇ ਖਿਲਾਫ ਕਿਸੇ ਨੇ ਕੋਈ ਕੇਸ ਪਾਇਆ ਹੋਇਆ ਉਸ ਕੇਸ ਦੇ ਵਿੱਚ ਮੈਨੂੰ ਪੇਸ਼ ਹੋਣਾ ਪੈਣਾ ਹੈਗਾ ਜਾਣਾ ਪੈਣਾ ਹੈਗਾ ਉਹਦੇ ਲਈ ਮੈਨੂੰ ਵਕੀਲ ਕਰਨਾ ਪੈਣਾ ਪਰ ਵਕੀਲ ਕਰਨ ਦੇ ਲਈ ਮੇਰੇ ਕੋਲ ਪੈਸੇ ਨਹੀਂ ਹੈ ਤੇ ਉਸ ਜਿਹੜਾ ਉਹ ਵਿਅਕਤੀ ਆਇਆ ਜਿਹੜਾ ਐਪਲੀਕੈਂਟ ਸਾਡੇ ਕੋਲ ਆਇਆ ਹੈ ਉਸ ਐਪਲੀਕੈਂਟ ਦਾ ਫਾਰਮ ਭਰਿਆ ਜਾਂਦਾ ਹੈ ਸਾਡੇ ਵੱਲੋਂ ਉਸ ਫਾਰਮ ਦੇ ਭਰਨ ਦੀ ਸਿਰਫ ਦੋ ਫਾਰਮੈਲਿਟੀਜ਼ ਹੈ ਇੱਕ ਤਾਂ ਉਸ ਬੰਦੇ ਦੀ ਫੋਟੋਗ੍ਰਾਫ ਚਾਹੀਦੀ ਹੈ ਤੇ ਦੂਸਰਾ ਆਧਾਰ ਕਾਰਡ ਦੀ ਕਾਪੀ ਚਾਹੀਦੀ ਹੈ ਇਹ ਦੋ ਚੀਜ਼ਾਂ ਲੈ ਕੇ ਉਸ ਬੰਦੇ ਦਾ ਫਾਰਮ ਫਿਲ ਕੀਤਾ ਜਾਂਦਾ ਹੈ ਫਿਰ ਜੇ ਤਾਂ ਉਹ ਐਪਲੀਕੈਂਟ ਜਿਹੜਾ ਆਇਆ ਉਹਨੇ ਸਿਰਫ ਆਪਣਾ ਕੇਸ ਫਾਈਲ ਕਰਨਾ ਹੈ ਤੇ ਉਹਦੇ ਲਈ ਉਹਨੂੰ ਵਕੀਲ ਕਰਕੇ ਦਿੱਤਾ ਜਾਂਦਾ ਹੈਗਾ ਸਾਡੇ ਕੋਲ ਵਕੀਲਾਂ ਨੇ ਆਪਣੇ ਨਾਮ ਦਿੱਤੇ ਹੁੰਦੇ ਨੇ ਕਿ ਅਸੀਂ ਤੁਹਾਡੇ ਮੁਫਤ ਦੇ ਜਿਹੜੇ ਫ੍ਰੀ ਲੀਗਲ ਏਡ ਦੇ ਕੇਸਿਸ ਹੈ ਉਹ ਅਸੀਂ ਕਰਨ ਨੂੰ ਤਿਆਰ ਹੈਗੇ ਹਾਂ ਵਕੀਲ ਸਾਡੇ ਕੋਲ ਅਲੱਗ ਅਲੱਗ ਕੈਟਾਗਰੀਜ਼ ਦੇ ਹੈਗੇ ਨੇ ਕੋਈ ਸਿਵਲ ਦਾ ਵਕੀਲ ਹੈ ਕ੍ਰਿਮੀਨਲ ਦਾ ਵਕੀਲ ਅਲੱਗ ਹੈਗਾ ਮੈਟ੍ਰੀਮੋਨੀਅਲ ਡਿਸਪਿਊਟਸ ਨੇ ਕੋਈ ਜਿਹੜਾ ਹਸਬੈਂਡ ਵਾਈਫ ਦਾ ਆਪਸ ਝਗੜਾ ਹੁੰਦਾ ਹੈ ਉਹਨਾਂ ਦੇ ਵਕੀਲ ਅਲੱਗ ਨੇ ਤੋ ਸਾਡੇ ਕੋਲ ਹਰ ਕੈਟਾਗਰੀ ਦੇ ਵਕੀਲ ਮੌਜੂਦ ਹੁੰਦੇ ਨੇ ਜਿਹੜਾ ਮੇਰੇ ਕੋਲ ਫਾਰਮ ਆਉਂਦਾ ਉਹਦੇ ਤੇ ਮੈਂ ਦੇਖਦੀ ਹਾਂ ਕਿ ਵਕੀਲ ਐਪਲੀਕੈਂਟ ਨੂੰ ਕਾਹਦੇ ਲਈ ਵਕੀਲ ਚਾਹੀਦਾ ਕੀ ਚਾਹੁੰਦਾ ਉਹ ਕਿ ਉਹਨੇ ਕੋਈ ਕੇਸ ਫਾਈਲ ਕਰਨਾ ਹੈ ਜਾਂ ਉਹਦੇ ਖਿਲਾਫ ਕੋਈ ਕੇਸ ਫਾਈਲ ਹੋਇਆ ਹੋਇਆ ਉਹ ਸਾਰੀਆਂ ਚੀਜ਼ਾਂ ਕੰਸਿਡਰ ਕਰਕੇ ਫਿਰ ਹੀ ਅਸੀਂ ਉਹਨੂੰ ਵਕੀਲ ਦਿੰਦੇ ਹੈਗੇ ਇਹ ਤਾਂ ਗੱਲ ਸੀ ਵਕੀਲ ਦੀ ਜੇ ਹੁਣ ਕੋਈ ਆਪ ਭਰਾ ਨੇ ਆ ਉਹਨਾਂ ਦਾ ਆਪਸ ਕੋਈ ਝਗੜਾ ਹੋ ਗਿਆ ਪ੍ਰੋਪਰਟੀ ਨੂੰ ਲੈ ਕੇ ਪਿਓ ਪੁੱਤ ਦਾ ਕੋਈ ਝਗੜਾ ਹੋ ਗਿਆ ਤੇ ਜਿਹੜਾ ਬੇਟਾ ਹੈ ਉਹ ਚਾਹੁੰਦਾ ਹੈ ਕਿ ਮੈਨੂੰ ਇਹ ਪਤਾ ਚੱਲੇ ਵੀ ਜਿਹੜੀ ਮੇਰੀ ਪਿਓ ਦੀ ਪ੍ਰੋਪਰਟੀ ਹੈ ਜਾਂ ਜਿਹੜੀ ਸਾਡੀ ਜੱਦੀ ਜ਼ਮੀਨ ਹੈ ਉਹਦੇ 'ਚ ਮੇਰਾ ਕਿੰਨਾ ਹਿੱਸਾ ਹੈਗਾ ਵੀ ਹੈ ਕਿ ਨਹੀਂ ਹੈਗਾ ਇਹ ਜਿਹੜਾ ਉਹਨੇ ਸਲਾਹ ਮਸ਼ਵਰਾ ਲੈਣਾ ਹੈ ਕਿਸੇ ਵਕੀਲ ਤੋਂ ਹੀ ਲੈ ਸਕਦਾ ਉਹ ਵਕੀਲ ਹੀ ਉਹਨੂੰ ਕਾਨੂੰਨੀ ਤੌਰ ਤੇ ਦੱਸ ਸਕਦਾ ਕਿ ਤੇਰਾ ਇੰਨਾ ਰਾਈਟ ਬਣਦਾ ਇਹ ਚੀਜ਼ ਤੂੰ ਲੈ ਸਕਦਾ ਹੈਗਾ ਉਹ ਸਲਾਹ ਮਸ਼ਵਰਾ ਕਰਨ ਦੇ ਲਈ ਵੀ ਸਾਡੇ ਕੋਲ ਜਿਹੜਾ ਮੈਂ ਤੁਹਾਨੂੰ ਰਿਪ੍ਰੈਜੈਂਟੇਟਿਵ ਆਫਿਸ ਸਾਡਾ ਦੱਸਿਆ ਫਰੰਟ ਆਫਿਸ ਫਰੰਟ ਆਫਿਸ ਦੇ ਵਿੱਚ ਇੱਕ ਵਕੀਲ ਸਾਹਿਬ ਹਮੇਸ਼ਾ ਮੌਜੂਦ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਰਿਟੇਨਰ ਐਡਵੋਕੇਟ ਕਹਿੰਦੇ ਹੈਗੇ ਹਾਂ ਉਸ ਵਕੀਲ ਸਾਹਿਬ ਦੇ ਨਾਲ ਆ ਕੇ ਸਲਾਹ ਮਸ਼ਵਰਾ ਇਹ ਕੀਤਾ ਜਾ ਸਕਦਾ ਹੁਣ ਆਪਾਂ ਗੱਲ ਕਰਾਂਗੇ ਕਿ ਜੇ ਕਿਸੇ ਨੇ ਇਹ ਸਾਡੇ ਤੋਂ ਕਾਨੂੰਨੀ ਸੇਵਾ ਲੈਣੀ ਹੈ ਇਹਦਾ ਮਤਲਬ ਇਹ ਕਿ ਉਹਨੂੰ ਸਾਡੇ ਕੋਲ ਫਰੰਟ ਆਫਿਸ ਦੇ ਵਿੱਚ ਆਉਣਾ ਪਏਗਾ ਪਰ ਹੋ ਸਕਦਾ ਹੈ ਕਿ ਕਿਸੇ ਨੂੰ ਕਾਨੂੰਨੀ ਸੇਵਾ ਦੀ ਜ਼ਰੂਰਤ ਹੋਵੇ ਲੇਕਿਨ ਚੱਲਣ ਫਿਰਨ ਤੋਂ ਅਸਮਰਥ ਹੋਵੇ ਹੈਂਡੀਕੈਪ ਹੋਵੇ ਕੋਈ ਜਾਂ ਕੋਈ ਸੀਨੀਅਰ ਸਿਟੀਜ਼ਨ ਹੈ ਜਿਹੜਾ ਬੈੱਡ 'ਤੇ ਲੇਟੇ ਹੋਇਆ ਉੱਠ ਕੇ ਜਾ ਨਹੀਂ ਸਕਦਾ ਕਿਤੇ ਉਹਨੂੰ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੈਗੀ ਹੈ ਜਾਂ ਕੋਈ ਇਹੋ ਜਿਹਾ ਵਿਅਕਤੀ ਜਿਹੜਾ ਲੇਬਰ ਕਲਾਸ ਦਾ ਹੈਗਾ ਸਵੇਰ ਤੋਂ ਸ਼ਾਮ ਤੱਕ ਉਹ ਵਿਚਾਰਾ ਆਪਣੇ ਕੰਮ 'ਤੇ ਦਿਹਾੜੀ 'ਤੇ ਜਾਂਦਾ ਸ਼ਾਮ ਨੂੰ ਜਦੋਂ ਵਾਪਸ ਆਉਂਦਾ ਤਾਂ ਉਸ ਟਾਈਮ ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸ਼ਾਮ ਨੂੰ ਜਦੋਂ ਵਾਪਸ ਆਇਆ ਲੇਟ ਵਾਪਸ ਆਇਆ ਸਾਡਾ ਦਫ਼ਤਰ ਵੀ ਉਸ ਟਾਈਮ ਤੱਕ ਬੰਦ ਹੋ ਚੁੱਕਾ ਹੋਏਗਾ ਤੇ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਉਹ ਸਾਡੇ ਤੋਂ ਇਹ ਕਾਨੂੰਨੀ ਸੇਵਾ ਲੈ ਹੀ ਨਹੀਂ ਸਕੇਗਾ ਅਜਿਹੇ ਲੋਕਾਂ ਦੇ ਲਈ ਸਾਡੇ ਕੋਲ ਇੱਕ ਹੋਰ ਉਪਰਾਲਾ ਹੈ ਜਿਹਨੂੰ ਅਸੀਂ ਲੀਗਲ ਏਡ ਫ੍ਰੀ ਲੀਗਲ ਏਡ ਹੈਲਪਲਾਈਨ ਕਹਿੰਦੇ ਹੈਗੇ ਆ ਬੱਚੇ ਤੁਹਾਨੂੰ ਜਿਵੇਂ ਪਤਾ ਹੋਏਗਾ ਕਿ ਤੁਹਾਡੀ ਇੱਕ ਆਪਣੀ ਚਾਈਲਡਲਾਈਨ ਹੈਲਪਲਾਈਨ ਹੈ 1098 ਕਦੇ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਕੋਈ ਟੈਨਸ਼ਨ ਹੈ ਤੁਹਾਨੂੰ ਪੇਪਰਸ ਨੂੰ ਲੈ ਕੇ ਜਾਂ ਕੋਈ ਕੋਈ ਹੋਰ ਤੁਸੀਂ ਜਿਹੜੀ ਆਪਣੀ ਗੱਲ ਕਰਦਿਆਂ ਦੇ ਨਾਲ ਨਹੀਂ ਸ਼ੇਅਰ ਕਰਨਾ ਚਾਹੁੰਦੇ ਉਹ ਤੁਸੀਂ ਉਸ ਟੋਲ ਫ੍ਰੀ ਨੰਬਰ ਤੇ ਕਾਲ ਕਰਕੇ ਤੁਸੀਂ ਉਹ ਗੱਲ ਕਰ ਸਕਦੇ ਹੋ 1098 ਦੇ ਉੱਤੇ ਸਿਮੀਲਰਲੀ ਸਾਡੇ ਕੋਲ ਸਾਡੀ ਇੱਕ ਮੁਫਤ ਕਾਨੂੰਨੀ ਸੇਵਾ ਦੀ ਹੈਲਪਲਾਈਨ ਹੈਗੀ ਹੈ ਇਹ ਹੈਗੀ ਹੈ 1968 1968 ਇਸ ਨੰਬਰ ਦੇ ਉੱਤੇ ਕਾਲ ਕਰਕੇ ਕਦੇ ਵੀ ਮੁਫਤ ਕਾਨੂੰਨੀ ਸਲਾਹ ਮਸ਼ਵਰਾ ਕੀਤਾ ਜਾ ਸਕਦਾ ਹੈ ਜਾਂ ਜੇ ਤੁਹਾਨੂੰ ਵਕੀਲ ਕਰਨ ਦੀ ਲੋੜ ਹੈ ਤੇ ਤੁਸੀਂ ਜਿੱਥੋਂ ਵੀ ਬਿਲੋਂਗ ਕਰਦੇ ਹੋ ਜਿਵੇਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਹੋ ਤੇ ਇਸ ਨੰਬਰ ਤੇ ਜਦੋਂ ਤੁਸੀਂ 1968 ਤੇ ਕਾਲ ਕਰੋਗੇ ਤੇ ਉੱਥੋਂ ਅੱਗੇ ਤੁਹਾਨੂੰ ਜਿਹੜਾ ਵੀ ਰਿਸਪੋਂਡ ਕਰੇਗਾ ਉਹ ਤੁਹਾਨੂੰ ਹੁਸ਼ਿਆਰਪੁਰ ਦੇ ਫਰੰਟ ਆਫਿਸ ਦਾ ਨੰਬਰ ਦੇ ਦੇਗਾ ਕਿ ਤੁਸੀਂ ਉੱਥੇ ਵੀ ਇੱਕ ਵਾਰੀ ਕਾਲ ਕਰਕੇ ਗੱਲ ਕਰ ਸਕਦੇ ਹੋ ਸਾਡਾ ਮਕਸਦ ਇਹ ਰਹਿੰਦਾ ਹੈ ਕਿ ਜਿਹੜਾ ਵੀ ਕੋਈ ਸਾਡੇ ਤੋਂ ਮੁਫਤ ਕਾਨੂੰਨੀ ਸੇਵਾ ਲੈਣਾ ਚਾਹੁੰਦਾ ਹੈ ਉਹ ਸਿਰਫ ਇਹਨਾਂ ਛੋਟੀਆਂ ਜਿਹੀਆਂ ਗੱਲਾਂ ਕਰਕੇ ਵਾਂਝਾ ਨਾ ਰਹਿ ਜਾਏ ਕਿ ਵੀ ਮੇਰੇ ਕੋਲ ਜਾਣ ਦਾ ਟਾਈਮ ਨਹੀਂ ਹੈਗਾ ਜਾਂ ਮੈਂ ਕੋਈ ਜਿਹੜਾ ਬਜ਼ੁਰਗ ਹੈ ਚੱਲ ਫਿਰ ਨਹੀਂ ਸਕਦਾ ਮੰਜੇ ਤੇ ਲੇਟੇ ਹੋਇਆ ਉਹ ਸਾਡੇ ਕੋਲ ਨਹੀਂ ਆ ਸਕਦਾ ਅਸੀਂ ਆਪ ਆਪਣੇ ਦਫ਼ਤਰ ਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਹਨੂੰ ਵੀ ਜ਼ਰੂਰਤ ਹੈ ਕਾਨੂੰਨੀ ਸਹਾਇਤਾ ਲੈਣ ਦੀ ਉਹਦੇ ਤੱਕ ਅਪਰੋਚ ਕੀਤੀ ਜਾਵੇ ਤੇ ਉਹਦੀ ਹੈਲਪ ਕੀਤੀ ਜਾਵੇ ਇਹ ਤੁਹਾਡੇ ਨਾਲ ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਾਂਗੀ 3-4 ਮਹੀਨੇ ਪਹਿਲੇ ਲੋਕਡਾਊਨ ਲੱਗਣ ਤੋਂ ਪਹਿਲਾਂ ਸਾਡੇ ਕੋਲ ਇੱਕ ਬਜ਼ੁਰਗ ਬਹੁਤ ਹੀ ਬਜ਼ੁਰਗ ਵਿਅਕਤੀ ਮੁਕੇਰੀਆਂ ਤੋਂ ਸੀਗੇ ਉਹਨਾਂ ਦਾ ਇੱਕ ਚਿੱਠੀ ਆਈ ਰਜਿਸਟਰਡ ਪੋਸਟ ਉਹਨਾਂ ਨੇ ਭੇਜੀ ਜਿਸ 'ਚ ਉਹਨਾਂ ਨੇ ਆਪਣਾ ਸਾਰਾ ਲਿਖਿਆ ਸੀਗਾ ਵੀ ਮੇਰੀ ਜ਼ਮੀਨ ਜਾਇਦਾਦ ਹੈਗੀ ਹੈ ਕਾਫੀ ਪਰ ਮੇਰਾ ਕੋਈ ਦੇਖਣ ਵਾਲਾ ਨਹੀਂ ਹੈਗਾ ਕੋਈ ਮੇਰੇ ਫੈਮਿਲੀ ਦੇ ਵਿੱਚ ਕੋਈ ਵੀ ਨਹੀਂ ਹੈਗਾ ਤੇ ਮੈਂ ਮੰਜੇ 'ਤੇ ਲੇਟਿਆ ਹੋਇਆ ਮੈਂ ਚੱਲ ਫਿਰ ਨਹੀਂ ਸਕਦਾ ਹੈਗਾ ਤੇ ਮੈਨੂੰ ਇਹ
आशंका हैगी मैनू लगता है कि जो मेरे गुआढ़ी ने इन्हों ने एक तरह मैं कैद करके रखे जो मैं गुआढ़ी ही मेरी देख रेख कर रहे हैं आते हैं मैं चाह पानी खाना वगैरह सब देंगे ने लेकिन जो मैं उन्होंने कहना कि मेरी गल करा दौ कि कोई पुराना दूर का रिश्तेदार है कोई दोस्त है उन्होंने गल करा दौ तो गलबात नहीं कराते हैं तो मैं इंज लगता है कि जिम्मे इन्होंने मैं कैद करके रखे तो हो सकता है कि यह मेरे तो जबरदस्ती किसी तरह का कोई दवाई दवुई दे के मेरे तो साइन भी करा लेन कितने ताकि मेरी जी जायदाद है वह भी अपने नाम से करा ले। उन्हें यह चिट्ठी सू लिख के भेजी तो उस लिखा कि मैं कानूनी सहायता दी जाए हूँ वह व्यक्ति आप साढ़े को नहीं आया साढ़े दफ्तर के चिट्ठी के उत्ते देख के मैं साढ़े एक नुमाइंदा है पी एल बी कहने पैरालीगल वॉलंटियर वो ड्यूटी लगाई कि तुम आप जाके उन्होंने घर बजुर्ग जो उन्होंने मिल के आओ उन्होंने पूछ के आओ कि उन्होंने की प्रॉब्लम है तो उन्होंने की हेल्प चाहिए है। वो पी एल बी उन्होंने घर जाके आया मिल के आया बजुर्ग ने उन्होंने पूछा कि तुम्हें दवा दारू तुम्हें कुछ चाहिए है कोई होर तुम्हें प्रॉब्लम किसी होर तरह की कोई तुम केस फाइल करना कोई तुम किसी होर दफ्तर तो कोई तुम काम कराना है कहने का मतलब यह है कि जरूरी नहीं है कि एप्लीकेंट जिन्होंने भी कोई लीगल एड की जरूरत है वह साढ़े दफ्तर तक आए जो वो सानू एक प्लेन कागज से भी अपना लिख के भेज दे कि मैं आह प्रॉब्लम हैगी है आ मैं हेल्प चाहिए है तो साढ़े रिप्रजेंटेटिव के द्वारा उन्होंने आप कॉन्टैक्ट किया जाता है ताकि वह साड़ी ये मुफ्त कानूनी सेवा लैन तो वाझा ला रह सके वो यदा पूरा फायदा चक सके। एक होर मैं थोड़ा बच्चे गल दसना चाहवागी थानू शायद हो सकता इस बारे पता हो पिंड दे विच ना जदों आपसी रिश्तियां वाले जिमें कोई प्यो पुत है उन्हों का आपस कोई झगड़ा हो जाए या हसबैंड वाइफ का आपस झगड़ा हो जाए भरावान का आपस झगड़ा हो जाए कोई गुआढ़ियों का गली नू लैके नाली नू लैके कोई झगड़ा हो जाए ये जिहड़े छोटे मोटिया झगड़े ने इन्हों पिंडां दे विच पंचायत आप ही सुलझा लैंदे ने सरपंच ते पंच बैठ के दोनों पार्टियों नू बिठा के उन्हां दी गल सुनदे ने उन्हां दी प्रॉब्लम देखदे ने की है ते उन्हां नू दसदे ने कि तुसीं इस तरह नाल अपना राजीनामा कर लो ताकि वह गल उत्थे ही खत्म हो जाए ते उन्हां नू अगे कचहरियां तक जाने की जरूरत ही ना पवे। तुहानूं पता होएगा बच्चों जदों भी कोई केस कचहरी दे विच आंदा है ते इह नहीं है कि उसी टाइम ही उहदा इंसाफ हो जाता उसी टाइम जो तुहानूं उहदा फैसला मिल जाता है कोई भी केस जिहड़ा कचहरी तक आंदा है उन्हों अपने फाइनल डिसीजन तक पहुँचने से घट्टो घट्ट चार पाँच साल लग जाते हैं तो ये चार पाँच साल जिन्हिया भी तरीकों पैणगियां उहदे विच जिन्हें केस फाइल किया है तो जिहदे खिलाफ केस फाइल किया गया दोनों ही अदालत दे विच पेश होना पेगा अपने घरों इत्थे आना पेगा अदालत दे विच पैसे खर्च करके अपना टाइम कट के अदालत आना ही पेगा। सो इस करके ही साडा जिहड़ा पुराना यह सिस्टम रहा है सोसाइटी का कि आप बड़ियां दी सलाह दे नाल कॉम्प्रोमाइज करके अपना जो भी साड़ी प्रॉब्लम है उन्हों असी खत्म करिए राजीनामा कर लिए। यह सेम जिवें पंचायत का सिस्टम हैगा है यह सेम साढ़े को दफ्तर के मौजूद है इनू असी मीडिएशन या विचोलगी कहने ये साढ़े को एक वकील साहब होंगे ने जिन्हों पूरी ट्रेनिंग दी जाती है कि उन्होंने किसी झगड़े के दोनों पार्टियां बिठा के उन्होंने पूरी गल सुन के उन्होंने अगे दसना है कि थोड़ा ये थोड़ी जी परेशानी है यदा यह पॉसीबल सोल्यूशन निकल सकता है ये तुम राजीनामे कर सकते हो। तो जिहड़े भी केस अदालतों के पेंडिंग होंगे ने अदालत के चल रहे होंगे ने उहदे च जे दोनों पार्टियों चो किसी भी लगे कि साडा केस जे मीडिएशन च भेजा जाए जे वकील साहब साडी थोड़ी जी इहदे च असिस्टेंस दे सानू ते साडा राजीनामा हो सकदा है या जे जज सानू इह लगे कि दोनों पार्टियां तां आपस दे विच रिश्ते दे विच ही ने जे कोई थोड़ी बहुत इहदे च अपने वल्लों एफर्ट करे ते दोनों दा कॉम्प्रोमाइज हो सकदा है अजिहे केसां नू साडे कोल साडे मीडिएशन सेंटर च भेजा जांदा है जिथे मैं वकील साहब नो केस माफ कर दी उन्होंने कहनी है कि तुम दोनों पार्टियों बिठा के उन्होंने गल सुनो वकील साहब दोनों बुला के दोनों की गलबात सुनते हैं कि की परेशानी है उन्होंने प्रॉब्लम की जड़ तक जाते हैं तो फिर उन्होंने एक पॉसीबल सोल्यूशन भी दसते हैं कि थोड़ा पॉसीबल सोल्यूशन यह है थोड़ा जिहड़ा अदालत दे विच केस चल रहा है वह भी जो चार पाँच साल चलेगा तो एंड दे विच उहदा एंड रिजल्ट आह निकलेगा लेकिन जे तुसीं अज ये अपना कॉम्प्रोमाइज कर लोगे तो तुहाडा केस हुण ही खत्म हो जाएगा अगे चार पाँच साल तुहानूं अदालतां दे चक्कर लगाउण दी लोड़ नहीं पैणी हैगी। अजिहे केस दे विच फिर जदों जे तां पार्टियां दोनों मन जांदियां कि ठीक है सानूं तुसीं जो कह रहे हो गल कॉम्प्रोमाइज जो तुसीं कह रहे हो सानूं मंजूर है उस कॉम्प्रोमाइज़ नूं लिखती रूप दे विच कीता जांदा है
ਦੋਨਾਂ ਪਾਰਟੀਆਂ ਦੇ ਉਹਦੇ ਉੱਤੇ ਸਾਈਨ ਕਰਾਏ ਜਾਂਦੇ ਨੇ ਤੇ ਇਹ ਰਾਜ਼ੀਨਾਮਾ ਜਿਹੜਾ ਇਹ ਅਦਾਲਤ ਦੇ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਇਹ ਕੇਸ ਪੈਂਡਿੰਗ ਹੁੰਦਾ ਹੈ। ਉਸ ਅਦਾਲਤ ਦੇ ਵਿੱਚ ਜੱਜ ਸਾਹਿਬ ਫਿਰ ਆਪਣਾ ਇਸ ਕੰਪਰੋਮਾਈਜ਼ ਦੇ ਉੱਤੇ ਆਪਣੇ ਸਟੈਂਪ ਲਗਾਉਂਦੇ ਨੇ ਤੇ ਇਹ ਜਿਹੜਾ ਵੀ ਉਹਨਾਂ ਦਾ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਹੋਏਗਾ ਇਸ ਕੰਪਰੋਮਾਈਜ਼ ਦੇ ਬੇਸਿਸ ਦੇ ਉੱਤੇ ਹੀ ਉਹ ਖਤਮ ਹੋ ਜਾਂਦਾ ਅਦਾਲਤ ਦੇ ਵਿੱਚ। ਇਹ ਇੱਕ ਸੇਮ ਉਪਰਾਲਾ ਸਾਡੇ ਕੋਲ ਲੋਕ ਅਦਾਲਤ ਦੇ ਰੂਪ ਦੇ ਵਿੱਚ ਵੀ ਹੈਗਾ। ਜਿਵੇਂ ਮੀਡੀਏਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਵਕੀਲ ਸਾਹਿਬ ਹੁੰਦੇ ਨੇ ਜਿਹੜੇ ਕੰਪਰੋਮਾਈਜ਼ ਕਰਾਉਂਦੇ ਨੇ ਪਾਰਟੀਆਂ ਦਾ, ਲੋਕ ਅਦਾਲਤ ਦੇ ਵਿੱਚ ਜਿਹੜੇ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਕੇਸ ਚੱਲਦਾ ਉਹ ਜੱਜ ਸਾਹਿਬ ਆਪ ਬੈਠਦੇ ਨੇ, ਇੱਕ ਵਕੀਲ ਸਾਹਿਬ ਨਾਲ ਬੈਠਦੇ ਨੇ ਤੇ ਇੱਕ ਕੋਈ ਸੋਸ਼ਲ ਵਰਕਰ ਨਾਲ ਬੈਠਾਉਂਦੇ ਨੇ। ਇਹ ਤਿੰਨੋਂ ਜਣੇ ਮਿਲ ਕੇ ਪਾਰਟੀਆਂ ਦਾ ਆਪਸ 'ਚ ਰਾਜ਼ੀਨਾਮਾ ਕਰਾਉਂਦੇ ਨੇ। ਲੋਕ ਅਦਾਲਤ ਦੇ ਵਿੱਚ ਜਿਹੜਾ ਵੀ ਕੇਸ ਲੱਗਦਾ ਤੇ ਜਿਹੜਾ ਉੱਥੇ ਰਿਜ਼ੋਲਵ ਹੋ ਜਾਂਦਾ, ਕੰਪਰੋਮਾਈਜ਼ ਹੋ ਜਾਂਦਾ, ਉਸ ਕੇਸ ਦਾ ਇੱਕ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਅਦਾਲਤ ਦਾ ਜਿਹੜਾ ਫੈਸਲਾ ਹੋ ਗਿਆ ਇੱਕ ਵਾਰੀ, ਉਹਦੇ ਖਿਲਾਫ ਕਿਤੇ ਵੀ ਕੋਈ ਵੀ ਅਪੀਲ ਨਹੀਂ ਹੋਏਗੀ। ਆਮ ਜਿਵੇਂ ਮੈਂ ਤੁਹਾਨੂੰ ਦੱਸਿਆ ਕੋਈ ਨਿਚਲੀ ਅਦਾਲਤ 'ਚ ਕੇਸ ਚੱਲਦਾ ਪਿਆ, ਫਾਈਨਲ ਡਿਸੀਜਨ ਹੋਣ 'ਚ ਉਹਨੂੰ 5 ਸਾਲ ਲੱਗ ਜਾਂਦੇ ਨੇ, ਲੇਕਿਨ ਉਹ 5 ਸਾਲ ਬਾਅਦ ਵੀ ਉਹ ਡਿਸੀਜਨ ਫਾਈਨਲ ਨਹੀਂ ਹੁੰਦਾ, ਉਸ ਦੇ ਖਿਲਾਫ ਸੈਸ਼ਨ ਕੋਰਟ 'ਚ ਅੱਗੇ ਹੋਰ 4-5 ਸਾਲ ਕੇਸ ਚੱਲੇਗਾ, ਫਿਰ ਜਿਹੜਾ ਫੈਸਲਾ ਆਏਗਾ ਉਹਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਅਪੀਲ। ਇੱਕ ਫਾਈਨਲ ਫੈਸਲਾ ਲੈਣ ਦੇ ਲਈ ਘੱਟੋ ਘੱਟ 12-13 ਸਾਲ ਲੱਗ ਜਾਂਦੇ ਨੇ, ਲੇਕਿਨ ਜਦੋਂ ਨਿਚਲੀ ਅਦਾਲਤ 'ਚ ਕੇਸ ਚੱਲ ਰਿਹਾ ਜੇ ਅਸੀਂ ਉਸੇ ਟਾਈਮ ਹੀ ਲੋਕ ਅਦਾਲਤ 'ਚ ਆਪਣਾ ਕੇਸ ਲਗਵਾ ਲਈਏ ਤੇ ਲੋਕ ਅਦਾਲਤ ਦੇ ਵਿੱਚ ਜੱਜ ਸਾਹਿਬ ਸਾਡਾ ਇਹ ਰਾਜ਼ੀਨਾਮਾ ਕਰਾ ਦੇਣ, ਸਾਡਾ ਕੇਸ ਉੱਥੇ ਦੇ ਉੱਥੇ ਖਤਮ ਹੋ ਜਾਣਾ। ਜੱਜ ਸਾਹਿਬ ਨੇ ਜਦੋਂ ਉਹਦੇ 'ਤੇ ਆਪਣੀ ਮੋਹਰ ਲਗਾ ਦਿੱਤੀ ਕਿ ਹਾਂ ਇਹ ਇਹਨਾਂ ਦਾ ਕੰਪਰੋਮਾਈਜ਼ ਹੋਇਆ ਤੇ ਉਹ ਜੱਜ ਸਾਹਿਬ ਦੇ ਫੈਸਲੇ ਦੇ ਖਿਲਾਫ ਕਿਤੇ ਵੀ ਕੋਈ ਵੀ ਅਪੀਲ ਨਹੀਂ ਹੁੰਦੀ ਹੈ। ਇਹ ਜਿਹੜਾ ਫੈਸਲਾ ਲੋਕ ਅਦਾਲਤ ਦਾ ਹੋਏਗਾ ਇਹਦੇ ਖਿਲਾਫ ਸੈਸ਼ਨ ਕੋਰਟ 'ਚ ਅਪੀਲ ਨਹੀਂ ਪੈ ਸਕਦੀ, ਹਾਈ ਕੋਰਟ 'ਚ ਅਪੀਲ ਨਹੀਂ ਪੈ ਸਕਦੀ। ਜੇ ਕੋਈ ਪਾ ਵੀ ਦੇਗਾ ਤੇ ਜੱਜ ਸਾਹਿਬ ਜਿਹੜੇ ਹੋਣਗੇ ਉਹਨਾਂ ਨੇ ਦੇਖਣਾ ਹੈ ਕਿ ਇਹ ਤਾਂ ਲੋਕ ਅਦਾਲਤ ਦਾ ਫੈਸਲਾ ਹੋਇਆ, ਜੱਜ ਸਾਹਿਬ ਦੇ ਸਾਹਮਣੇ ਹੋਇਆ ਹੈਗਾ ਤੇ ਇਸ ਲਈ ਉਸੇ ਟਾਈਮ ਹੀ ਉਸਨੂੰ ਖਾਰਿਜ ਕੀਤਾ ਜਾਂਦਾ ਹੈ, ਡਿਸਮਿਸ ਕਰ ਦਿੱਤਾ ਜਾਂਦਾ ਹੈ। ਸੋ ਇਹ ਇੱਕ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਲਗਵਾਉਣ ਦਾ। ਇੱਕ ਹੋਰ ਬਹੁਤ ਵੱਡਾ ਬੈਨੀਫਿਟ ਲੋਕ ਅਦਾਲਤ ਦਾ ਇਹ ਹੁੰਦਾ ਹੈ ਕਿ ਜਦੋਂ ਵੀ ਆਪਾਂ ਨਿਚਲੀ ਅਦਾਲਤ 'ਚ ਕਿਤੇ ਵੀ ਕੋਈ ਕੇਸ ਲਗਾਉਣਾ ਹੈ ਤੇ ਸਾਨੂੰ ਸਟੈਂਪ ਪੇਪਰ, ਅਸ਼ਟਾਮ ਪੇਪਰ ਦੇ ਰੂਪ ਦੇ ਵਿੱਚ ਕੋਰਟ ਫੀਸ ਲਗਾਉਣੀ ਪੈਂਦੀ ਹੈ ਜਿਹੜੀ ਕਿ ਹਜ਼ਾਰਾਂ ਤੇ ਲੱਖਾਂ ਰੁਪਇਆਂ 'ਚ ਵੀ ਹੁੰਦੀ ਹੈਗੀ। ਜਿਹੜਾ ਵੀ ਫੈਸਲਾ ਲੋਕ ਅਦਾਲਤ ਦੇ ਵਿੱਚ ਹੋਏਗਾ ਉਹਦੇ ਵਿੱਚ ਆਲਰੇਡੀ ਜਿੰਨੀ ਕੋਰਟ ਫੀਸ ਲਗਾਈ ਜਾ ਚੁੱਕੀ ਹੈਗੀ ਹੈ, ਮੰਨ ਲਓ ਇੱਕ ਪਾਰਟੀ ਨੇ 5 ਲੱਖ ਰੁਪਏ ਦੀ ਕੋਰਟ ਫੀਸ ਲਗਾਈ ਹੈ ਆਪਣਾ ਕੇਸ ਫਾਈਲ ਕਰਨ ਦੇ ਲਈ, ਉਹਦਾ ਕੇਸ ਲੋਕ ਅਦਾਲਤ ਦੇ ਵਿੱਚ ਰੱਖਿਆ ਗਿਆ ਹੈ, ਲੋਕ ਅਦਾਲਤ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਉਹਦਾ, ਤੇ ਉਹ ਜਿਹੜੀ 5 ਲੱਖ ਰੁਪਏ ਦੀ ਕੋਰਟ ਫੀਸ ਉਹਨੇ ਲਗਾਈ ਹੈ ਉਹਨੂੰ ਵਾਪਿਸ ਕਰਨ ਦੇ ਵੀ ਹੁਕਮ ਦਿੱਤੇ ਜਾਂਦੇ ਨੇ। ਤੋ ਇਹ ਪਾਰਟੀ ਦੇ ਲਈ ਇੱਕ ਵਿਨ ਵਿਨ ਸਿਚੁਏਸ਼ਨ ਹੋ ਗਈ, ਉਹਨੇ ਆਲਰੇਡੀ ਜਿੰਨਾ ਖਰਚਾ ਕੀਤਾ ਸੀਗਾ ਉਹ ਵੀ ਉਹਨੂੰ ਵਾਪਿਸ ਮਿਲ ਗਿਆ, ਤੇ ਜਿਹੜੇ ਲਈ ਖਰਚਾ ਉਹਨੇ ਕੀਤਾ ਸੀਗਾ ਕਿ ਸਾਡਾ ਮੈਨੂੰ ਪੈਸੇ ਮੇਰੇ ਮਿਲਣ, ਮੇਰਾ ਕੰਮ ਇਹ ਹੋਵੇ, ਉਹਦੇ ਲਈ ਵੀ ਉਹਨੂੰ ਕੰਪਰੋਮਾਈਜ਼ ਉਹਨਾਂ ਦਾ ਉਸ ਕੇਸ 'ਚ ਵੀ ਹੋ ਗਿਆ, ਰਾਜ਼ੀਨਾਮੇ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਉਹ ਵੀ ਉਹਨਾਂ ਦਾ ਕੇਸ ਡਿਸਪੋਜ਼ ਆਫ ਹੋ ਗਿਆ। ਤੁਹਾਨੂੰ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੀਆਂ ਵੀ ਗੱਲਾਂ ਮੈਂ ਤੁਹਾਨੂੰ ਅੱਜ ਦੱਸ ਰਹੀ ਹੈਗੀਆਂ, ਲੋਕ ਅਦਾਲਤ, ਮੀਡੀਏਸ਼ਨ, ਸਾਡਾ ਫਰੰਟ ਆਫਿਸ, ਕੌਣ ਕੌਣ ਲੋਕ ਸਾਡੇ ਤੋਂ ਇਹ ਲੀਗਲ ਏਡ ਲੈ ਸਕਦੇ ਨੇ, ਤੁਸੀਂ ਇਹ ਸਾਰੀਆਂ ਗੱਲਾਂ ਆਪਣੀ ਫੈਮਿਲੀ, ਆਪਣੇ ਰਿਲੇਟਿਵਸ ਦੇ ਨਾਲ ਜ਼ਰੂਰ ਸ਼ੇਅਰ ਕਰੋ, ਉਹਨਾਂ ਨੂੰ ਜ਼ਰੂਰ ਦੱਸੋ। ਹੋ ਸਕਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਹੀ ਕੋਈ ਕੰਮ ਕਰਨ ਵਾਲੀ ਮੇਡ ਹੋਵੇ, ਕੋਈ ਮਾਲੀ ਹੋਵੇ, ਕੋਈ ਡਰਾਈਵਰ ਹੋਵੇ, ਉਹਨੂੰ ਇਹ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੋਵੇ, ਤੇ ਤੁਹਾਡਾ ਤੁਹਾਡਾ ਇੱਕ ਵਾਰੀ ਦੱਸਿਆ ਗਿਆ ਇਹ ਚੀਜ਼ ਜਿਹੜੀ ਹੈ ਉਹ ਜ਼ਿੰਦਗੀ ਭਰ ਉਹ ਚੀਜ਼ ਯਾਦ ਰੱਖੇਗਾ ਕਿ ਉਸ ਬੱਚੇ ਨੇ ਮੈਨੂੰ ਇਹ ਗੱਲ ਦੱਸੀ ਸੀਗੀ। ਠੀਕ ਹੈ, ਇਹ ਜ਼ਰੂਰ ਤੁਸੀਂ ਆਪਣੇ ਸ਼ੇਅਰ ਕਰੋ ਆਪਣੀ ਫੈਮਿਲੀ ਫਰੈਂਡਸ ਦੇ ਨਾਲ, ਤੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੱਸੋ ਕਿ ਤੁਸੀਂ ਕਿੱਥੋਂ ਲੈ ਸਕਦੇ ਹੋ ਇਹ ਕਾਨੂੰਨੀ, ਮੁਫਤ ਕਾਨੂੰਨੀ ਸੇਵਾ, ਫਰੰਟ ਆਫਿਸ ਤੋਂ ਜਿਹੜਾ ਕਿ ਕਚਹਿਰੀਆਂ ਦੇ ਵਿੱਚ ਹੁੰਦਾ ਹੈ, ਜਾਂ ਫਿਰ ਟੋਲ ਫ੍ਰੀ ਨੰਬਰ ਦੇ ਜਿਹੜਾ 1968 ਹੈ ਉਹਦੇ ਤੇ ਕਾਲ ਕਰਕੇ ਇਹ ਮੁਫਤ ਕਾਨੂੰਨੀ ਸੇਵਾ ਲੈ ਜਾ ਸਕਦੇ ਹੋ। ਥੈਂਕ ਯੂ ਸੋ ਮਚ ਫੋਰ ਹੇਅਰਿੰਗ ਮੀ ਸੋ ਪੇਸ਼ੈਂਟਲੀ। ਦੈਟਸ ਆਲ ਫੋਰ ਟੁਡੇ। ਥੈਂਕ ਯੂ। ਥੈਂਕ ਯੂ ਮੈਮ। Thank you, ma'am. 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 Thank you, ma'am.